ਮਾਰੇ ਆ ਸਿੰਘ ਸ਼ਹੀਦ ਕੀਤੇ ਆ ਹਮਲਾ ਕੀਤਾ ਤੇ ਫਿਰ ਉਡੀਕਣਾ ਨੀ ਇਹ ਨਾ ਸੋਚਿਓ ਵੀ ਭਿੰਡਰਾਂਵਾਲੇ ਦਾ ਸੁਨੇਹਾ ਆਵੇਗਾ ਲੌਂਗੋਵਾਲ ਸਾਹਿਬ ਦਾ ਸੁਨੇਹਾ ਆਵੇਗਾ ਫਿਰ ਗੱਲ ਕਰਾਂਗੇ ਸੁਨੇਹਾ ਚ ਪੱਲੇ ਬੰਨ ਕੇ ਲੈ ਜਾਓ ਨੌਜਵਾਨ ਕਈ ਆਉਂਦੇ ਆ ਬਾਬਾ ਜੀ ਜੋ ਹੁਕਮ ਕਰੇਗਾ ਫੱਟੇ ਚੁੱਕ ਦਿਆਂਗੇ ਉਹ ਫੱਟੇ ਰੱਖੇ ਕਿੱਥੇ ਚਰਾ ਕੇ ਚੁੱਕ ਲਿਆਉਣੇ ਭਾਈ ਤੁਸੀਂ ਮੈਂ ਇੱਥੋਂ ਕਿੰਨੇ ਵੇਰਾਂ ਐਲਾਨ ਕਰ ਚੁੱਕਿਆ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਪਮਾਨ ਕਰਨ ਵਾਲਾ ਕੋਈ ਵੀ ਮਨੁੱਖ ਹੈ ਉਹਨੂੰ ਗੱਡੀ ਚੜਾ ਕੇ ਚੂਰਾ ਚੂਰਾ ਕਰਕੇ ਸਾਡੇ ਕੋਲ ਆਇਆ ਕਰੋ ਅਸੀਂ ਸਾਂਭਾਂਗੇ ਆ ਖਟੜਾ ਪਿੰਡ ਹੈ ਲੁਧਿਆਣੇ ਜ਼ਿਲ੍ਹੇ ਚ ਰਾੜਾ ਸਾਹਿਬ ਤੋਂ 4 ਕਿਲੋਮੀਟਰ ਪੈਂਦਾ ਖਟੜਾ ਪਿੰਡ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦਾ ਰੁਮਾਲਾ ਲਾ ਕੇ ਖਾਲਸਾ ਜੀ ਗੋਹੇ ਦੇ ਵਿੱਚ ਰੂੜੀ ਵਿੱਚ ਦੱਬ ਦਿੱਤਾ ਉਹ ਸਰੂਪ ਰੂੜੀ ਵਿੱਚੋਂ ਕੱਢਿਆ ਸਿੰਘਾਂ ਨੇ ਹੁਣ ਤੱਕ ਉਹ ਸਰੂਪ ਗੋਹੇ ਨਾਲ ਲਿਬੜਿਆ ਹੋਇਆ ਉੱਥੇ ਗੁਰਦੁਆਰੇ ਬਿਰਾਜਮਾਨ ਹੈ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕਿੰਨੇ ਗਏ ਉੱਥੇ ਦੱਸੋ ਇੱਕ ਬੰਦਾ ਵੀ ਦੱਸੋ ਗਏ ਹੈ 3 ਮਹੀਨੇ ਹੋ ਗਏ ਇਸ ਕੇਸ ਨੂੰ ਇਹ ਮੇਰੇ ਕੋਲੇ ਆ ਜਾਂਦੇ ਆ ਜਥੇਦਾਰਾਂ ਨੂੰ ਮਿਲ ਲੈਂਦੇ ਆ ਪ੍ਰਧਾਨ ਸਾਹਿਬ ਨੂੰ ਕਹਿ ਦਿੰਦੇ ਆ ਜੀ ਜੋ ਹੁਕਮ ਹੋਊਗਾ ਉਹ ਹੁਕਮ ਕਾਹਦੇ ਉੱਤੇ ਲਿਖਾਉਣਾ ਤੁਸੀਂ ਦੱਸੋ ਗੁਰੂ ਕੇ ਪਿਆਰਿਓ ਇੱਕ ਬੰਦਾ ਦੱਸੋ ਜਿੰਨੇ ਬੈਠੇ ਜਿਨ੍ਹਾਂ ਨੇ ਜਾ ਕੇ ਉੱਥੇ ਇਨਕੁਆਇਰੀ ਕੀਤੀ ਤੇ ਜਾਂ ਇਸ਼ਟ ਨੂੰ ਗੋਹੇ ਵਿੱਚ ਦੱਬਣ ਵਾਲੇ ਨੂੰ ਕਿਸੇ ਨੇ ਸਜ਼ਾ ਦਿੱਤੀ ਹੈ ਤੇ ਦੱਸੋ ਉਹ ਕਿਹਨੂੰ ਪੁੱਛਣਾ ਹੈ ਕਿਹਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਏਦੋਂ ਵੱਧ ਜ਼ਿੰਮੇਵਾਰੀ ਕਿੱਥੇ ਦੇਵਾਂਗੇ ਅਸੀਂ ਦਰਬਾਰ ਸਾਹਿਬ ਦਾ ਸਥਾਨ ਹੋਵੇ 5ਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪੈ ਕੇ ਧਰਤੀ ਪਵਿੱਤਰ ਹੋਈ ਹੋਵੇ ਦਸਾਂ ਸਰੂਪਾਂ ਦੀ ਆਤਮਿਕ ਜੋਤ ਦਾ ਪ੍ਰਕਾਸ਼ ਹੋਵੇ ਸੰਗਤ ਵਿੱਚ ਖੜੋ ਕੇ ਮੈਂ ਜ਼ਿੰਮੇਵਾਰੀ ਨਾਲ ਗੱਲ ਤੁਹਾਨੂੰ ਕਹਿ ਰਿਹਾ ਤੇ ਫੇਰ ਵੀ ਤੁਸੀਂ ਉਹਨਾਂ ਲੋਕਾਂ ਨੂੰ ਦੰਡ ਨਾ ਦੇਵੋ ਤੇ ਪਿੱਛੋਂ ਕਹੋ ਬਾਬਾ ਜੀ ਜੋ ਕਹੋਗੇ ਕਰਾਂਗੇ ਕੀ ਕਰੋਗੇ ਫਿਰ ਤੁਸੀਂ ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਤੇ ਸੂਝਵਾਨ ਹਾਂ ਮੁੱਖ ਮੰਤਰੀ ਪੰਜਾਬ ਦਾ ਸਿੱਖ ਵੱਖਰੀ ਕੌਮ ਦੀ ਗੱਲ ਚੱਲ ਰਹੀ ਹੈ ਮੈਂ ਭਾਵੇਂ ਮਤਾ ਪਾਸ ਕਰਨ ਦੇ ਟਾਈਮ ਤੇ ਇੱਥੇ ਨਹੀਂ ਸੀ ਪਰ ਮੈਨੂੰ ਪਤਾ ਲੱਗਾ ਲੀਡਰ ਸਾਹਿਬਾਨਾਂ ਨੂੰ ਤਾਂ ਪਤਾ ਸਾਰਾ ਸਿੱਖ ਵੱਖਰੀ ਕੌਮ ਦਾ ਮਤਾ ਪਾਸ ਹੋਇਆ ਬੜਾ ਅਖਬਾਰਾਂ ਨੇ ਹੱਥ ਚੁੱਕੇ ਜਿਹੜੇ ਵਿਰੋਧੀ ਸੀ ਸਾਰੇ ਦੁਨੀਆਂ ਦੀ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨ ਵਾਸਤੇ ਯਤਨ ਕੀਤਾ ਗਿਆ ਸਿੱਖ ਅਲੈਦਗੀ ਚਾਹੁੰਦੇ ਆ ਸਿੱਖ ਵੱਖਰਾ ਹੋਣਾ ਚਾਹੁੰਦੇ ਆ ਮੈਂ ਦਿੱਲੀ ਰਹਿ ਕੇ ਆਇਆ 10 ਦਿਨ ਮੈਨੂੰ ਵੀ ਉੱਥੇ ਪੁੱਛਿਆ ਗਿਆ ਇੱਥੇ ਵੀ ਨਿਤ ਪੁੱਛਦੇ ਜਿਹੜੇ ਬਾਹਰੋਂ ਅਖਬਾਰਾਂ ਵਾਲੇ ਪ੍ਰੇਮੀ ਆਉਂਦੇ ਆ ਸੰਤ ਜੀ ਤੁਸੀਂ ਖਾਲਿਸਤਾਨ ਚਾਹੁੰਦੇ ਹੋ ਮੈਂ ਭਾਈ ਨਾ ਅਸੀਂ ਵਿਰੋਧ ਤਾਂ ਕਰਦੇ ਹਾਂ ਤੇ ਨਾ ਜੇ ਹਮਾਇਤ ਕਰਦੇ ਚੁੱਪ ਹਾਂ ਇੱਕ ਗੱਲ ਨਿਸ਼ਚੈ ਵਾਚਕ ਹੈ ਜੇ ਐਰਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤੇ ਲੈ ਜ਼ਰੂਰ ਲਵਾਂਗੇ ਛੱਡਦੇ ਨਹੀਂ 1947 ਵਾਲੀ ਗਲਤੀ ਨਹੀਂ ਕਰਦੇ ਪਰ ਮੰਗਦੇ ਆ ਜੇ ਨਹੀਂ ਇਹ ਤਾਂ ਕੰਮ ਇੰਦਰਾ ਗਾਂਧੀ ਦਾ ਮੇਰਾ ਨਹੀਂ ਤੇ ਨਾ ਲੌਂਗੋਵਾਲ ਦਾ ਨਾ ਕਿਸੇ ਹੋਰ ਸਾਡੇ ਲੀਡਰ ਦਾ ਇਹ ਕੰਮ ਇੰਦਰਾ ਦਾ ਸਾਨੂੰ ਇੰਦਰਾ ਦੱਸੇ ਹਿੰਦੁਸਤਾਨ ਵਿੱਚ ਨਾਲ ਰੱਖਣਾ ਜਾਂ ਨਹੀਂ ਰੱਖਣਾ ਅਸੀਂ ਨਾਲ ਰਹਿਣਾ ਚਾਹੁੰਦੇ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ ਇੰਦਰਾ ਦੱਸੇ ਕਿ ਰੱਖਣਾ ਕਿ ਨਹੀਂ ਕੰਮ ਉਹਦਾ ਪੁੱਛਦੇ ਸਾਨੂੰ ਅਸੀਂ ਕੋਈ ਚੌਕੀਦਾਰ ਥੋੜ੍ਹਾ ਉਹਦੇ ਵਿੱਚ ਉਹਦਾ ਕੰਮ ਅਸੀਂ ਕਰੀਏ ਸਿੱਖ ਇੱਕ ਵੱਖਰੀ ਕੌਮ ਹੈ ਜਿਹੜੇ ਪੜ੍ਹੇ ਲਿਖੇ ਵੀਰ ਹੈ ਉਹਨਾਂ ਨੂੰ ਖੁਸ਼ੀ ਵੀ ਹੋਈ ਹੋਵੇਗੀ 3-4 ਦਿਨ ਹੋਏ ਹੈ ਇੱਕ ਖਬਰ ਆਈ ਹੈ ਇੰਗਲੈਂਡ ਵਿੱਚ ਪਗੜੀ ਦੇ ਸੰਬੰਧ ਵਿੱਚ ਫੈਸਲਾ ਹੋਇਆ ਹੈ ਪੜ੍ਹੇ ਲਿਖੇ ਵੀਰਾਂ ਨੂੰ ਵੀ ਬਹੁਤ ਗਿਆਤ ਹੈ ਤੇ ਬੜੀ ਡੂੰਘੀ ਗੱਲ ਹੈ ਇੰਗਲੈਂਡ ਦੀ ਪਾਰਲੀਮੈਂਟ ਨੇ ਫੈਸਲਾ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਕੱਲੀ ਸਿੱਖ ਇੱਕ ਵੱਖਰੀ ਨਸਲ ਹੈ ਸਿੱਖ ਇੱਕ ਵੱਖਰੀ ਨਸਲ ਹੈ ਨਸਲ ਜਿਵੇਂ ਬਾਗ ਹੁੰਦਾ ਹੈ ਫਲਾਂ ਦਾ ਉਹਦੇ ਵਿੱਚ ਬੂਟੇ ਹੁੰਦੇ ਆ ਕਈ ਪ੍ਰਕਾਰ ਦੇ ਉਹਨੂੰ ਸਾਰੇ ਨੂੰ ਬਾਗ ਕਹਿ ਦਿੰਦੇ ਆ ਪਰ ਉਹਦੇ ਵਿੱਚੋਂ ਵਿਸ਼ੇਸ਼ ਨਸਲਾਂ ਵੇਖੀਆਂ ਜਾਂਦੀਆਂ ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖ ਵੱਖਰੀ ਕੌਮ ਤਾਂ ਹੈ ਨਹੀਂ ਪਰ ਇਹ ਇੱਕ ਵੱਖਰੀ ਨਸਲ ਵੀ ਹੈ ਦੁਨੀਆਂ ਵਿੱਚੋਂ ਉਸ ਪਾਰਲੀਮੈਂਟ ਨੇ ਫੈਸਲਾ ਕੀਤਾ ਹੋਵੇ ਤੇ ਅਕਾਲੀ ਦਲ ਦੇ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਵਿੱਚ ਬੈਠ ਕੇ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਫੈਸਲਾ ਕੀਤਾ ਹੋਵੇ ਸਿੱਖ ਇੱਕ ਵੱਖਰੀ ਕੌਮ ਹੈ ਤੇ ਮਹਾਸ਼ੇ ਕਹਿਣ ਨਹੀਂ ਜੀ ਇਹ ਤਾਂ ਇੱਕ ਹਿੰਦੂਆਂ ਦਾ ਅੰਗ ਹੈ ਜੇ ਤਾਂ ਜਰੇਮ ਆਪਣਾ ਸਾਨੂੰ ਜਰੇਮ ਪੈਸਾ ਕਰਾਰ ਦੇਣਾ ਤੇ ਕਹਿੰਦੇ ਜੀ ਇਹ ਵੱਖਰੇ ਜੇ ਅਸੀਂ ਨੌਕਰੀ ਕਰਨੀ ਹੈ ਤੇ ਇਹ ਵੱਖਰੇ ਇਹਨਾਂ ਨੂੰ 1.5 ਨੂੰ ਭਰਤੀ ਕਰੋ ਤੇ ਦੂਜੇ 98.5 ਕਰੋ
ਤੇ ਜੇ ਪੇਟ ਪੂਰਤੀ ਦੇ ਸਾਧਨ ਵਾਸਤੇ ਕੋਈ ਯਤਨ ਕਰਨਾ ਅਸੀਂ ਹਿੱਸਾ ਲੈਣਾ, ਫਿਰ ਹਿੰਦੂਆਂ ਦਾ ਇੱਕ ਅੰਗ ਹੈ। ਇਹ ਕੀ ਕਾਰਨ ਹੈ? ਅੱਗੇ ਵੀ ਇੱਕ ਦਿਨ ਦਾਸ ਨੇ ਬਿਆਨ ਦਿੱਤਾ ਸੀ, ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਤੇ ਵੱਖਰੇ ਨਹੀਂ, ਤੇ ਫਿਰ ਅਖਬਾਰਾਂ ਵਿੱਚ ਤੇ ਪਾਰਲੀਮੈਂਟ ਵਿੱਚ ਤੇ ਅਸੈਂਬਲੀ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਿ ਹਿੰਦੂ ਅੱਤਵਾਦੀ ਹੈ। ਤੇ ਜੇ ਸਿੱਖ ਅੱਤਵਾਦੀ ਹੈ ਤੇ ਫਿਰ ਮੰਨੋ ਕਿ ਸਿੱਖ ਵੱਖਰੀ ਕੌਮ ਹੈ। ਅੱਤਵਾਦੀ ਕਹਿਣਾ ਤੇ ਸਿੱਖ ਨੂੰ, ਤੇ ਜੇ ਇਕੱਠਿਆਂ ਕਹਿਣਾ ਤੇ ਸਾਰੇ ਹਿੰਦੂ। ਇਹਦਾ ਜਵਾਬ ਦੇਵੇ ਗੌਰਮੈਂਟ। ਉੱਥੇ ਬੈਠੇ ਪਾਰਲੀਮੈਂਟ ਚ ਮਤੇ ਪਾਸ ਕਰੀ ਜਾਂਦੇ ਆ। ਮੈਨੂੰ ਪਤਾ ਲੱਗਾ, ਮੈਂ ਖਬਰ ਆਪ ਤਾਂ ਪੜ੍ਹੀ ਨੀ, ਕਦੇ ਗਲਤ ਬਣਾ ਹੋਵੇ, ਮਾਰ ਜੀ ਹਜ਼ੂਰੀ ਚ ਖੜਾ, ਸੁਣਿਆ ਮੈਂ ਕਿਸੇ ਸਿੰਘ ਤੋਂ। ਆ ਵੀਰ ਦਵਿੰਦਰ ਸਿੰਘ ਕੋਈ ਪ੍ਰੇਮੀ ਮੈਂ ਤਾਂ ਵੇਖਣਿਆ ਅੱਜ ਤੱਕ। ਉਹਨੇ ਲਿਖਿਆ ਹੈ, ਅਖੇ ਮੈਂ ਆਪਣੇ ਪਰਿਵਾਰ ਨੂੰ, ਆਪਣੀ ਮਾਤਾ ਨੂੰ, ਬੱਚਿਆਂ ਨੂੰ, ਮੈਂ ਆਪ ਭਿੰਡਰਾਂਵਾਲੇ ਕੋਲੇ ਜਾਵਾਂਗਾ, ਉਹਨੂੰ ਕਹੂੰਗਾ ਮੈਂ ਮੇਰਾ ਸਾਰਾ ਪਰਿਵਾਰ ਮਾਰ ਦੇ, ਜੇ ਤੂੰ ਖੂਨ ਦਾ ਪਿਆਸਾ ਤੇ ਇਹਦੇ ਨਾਲ ਰੱਜ ਲੈ। ਕਹਿ ਤਾਂ ਦਿੱਤਾ ਫਿਰ ਆ ਜਾਂਦਾ, ਤੈਨੂੰ ਮੋੜਿਆ ਕੀ ਨਹੀਂ ਹੈ, ਤੇ ਪਤਾ ਤਾਂ ਆਉਣ ਤੋਂ ਲੱਗਣਾ ਨਾ। ਉਹ ਜਿਸ ਮਨੁੱਖ ਦਾ ਕੰਮ ਹੈ ਨਸ਼ੇ ਛਡਾਉਣੇ, ਜਿਸ ਮਨੁੱਖ ਦਾ ਕੰਮ ਹੈ ਅੰਮ੍ਰਿਤ ਛਕਾਉਣਾ, ਜਿਸ ਮਨੁੱਖ ਦਾ ਕੰਮ ਹੈ ਗਾਤਰੇ ਕਿਰਪਾਨ ਪਵਾਉਣੀ, ਜਿਸ ਮਨੁੱਖ ਦਾ ਕੰਮ ਹੈ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ, ਜਿਸ ਮਨੁੱਖ ਦਾ ਕੰਮ ਹੈ ਪੰਥ ਦੀ ਡੱਕ ਕੇ ਨੰਗੇ ਧੜ ਹਮਾਇਤ ਕਰਨੀ ਤੇ ਕਰਨ ਲਈ ਪ੍ਰੇਰਨਾ ਦੇਣੀ, ਜਿਸ ਮਨੁੱਖ ਦਾ ਕੰਮ ਹੈ ਕਿ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਗੁਰੂ ਦੇ ਲੜ ਲਾਉਣਾ ਤੇ ਸ਼ਬਦ ਗੁਰੂ ਦੇ ਮੰਨਣ ਵਾਸਤੇ ਦ੍ਰਿੜਤਾ ਸਾਹਿਬ ਕਹਿਣਾ, ਤੇ ਉਸ ਮਨੁੱਖ ਵਾਸਤੇ ਕਹਿਣਾ ਜੀ ਖੂਨ ਦਾ ਪਿਆਸਾ। ਮੈਂ ਪੁੱਛਣਾ ਚਾਹੁੰਦਾ ਇਹੋ ਜਿਹੇ ਮੁੱਖ ਮੰਤਰੀ ਨੂੰ ਤੇ ਇਹਨਾਂ ਦੇ ਚਾਟੜਿਆਂ ਤੇ ਟੌਤਾਂ ਨੂੰ, ਜਿਸ ਮਨੁੱਖ ਦੇ ਰਾਜ ਵਿੱਚ ਇਸ਼ਟ ਨੂੰ ਅੱਗ ਲੱਗੀ ਹੋਵੇ, ਜਿਸ ਮਨੁੱਖ ਦੇ ਰਾਜ ਵਿੱਚ ਧੀਆਂ ਭੈਣਾਂ ਨੰਗੀਆਂ ਕਰਕੇ ਉਹਨਾਂ ਦੇ ਪਿਤਾ ਨੂੰ ਉੱਪਰ ਪਾਇਆ ਗਿਆ ਹੋਵੇ ਜ਼ਬਰਦਸਤੀ, ਜਿਸ ਮਨੁੱਖ ਦੇ ਰਾਜ ਵਿੱਚ ਸਿੱਖ ਦੇ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਕੀਤੀ ਗਈ ਹੈ ਤੰਬਾਕੂ ਸੁੱਟ ਕੇ, ਜਿਸ ਮਨੁੱਖ ਦੇ ਰਾਜ ਵਿੱਚ ਕਿਰਪਾਨ ਤੇ ਬੈਨ ਲੱਗਾ ਹੋਵੇ, ਜਿਸ ਮਨੁੱਖ ਦੇ ਰਾਜ ਵਿੱਚ ਉਹਦੀ ਆਪਣੀ ਜ਼ਬਾਨੀ ਬਚਨ ਹੋਣ ਕਿ ਮੇਰੀ ਬਦੌਲਤ ਇਹ ਸਿੱਖ ਕਲਚਰ ਖਤਮ ਹੋ ਗਿਆ। ਮੁੱਖ ਮੰਤਰੀ ਦਾ ਬਿਆਨ ਹੈ, ਪੰਜਾਬ ਦੇ ਮੁੱਖ ਮੰਤਰੀ ਜਕਰੀਏ ਦਾ, ਉਹਦਾ ਬਿਆਨ ਹੈ ਕਿ ਮੇਰੀ ਬਦੌਲਤ ਸਿੱਖ ਕਲਚਰ ਖਤਮ ਹੋ ਗਿਆ, ਤੇ ਬਾਹਨ ਬੰਨਦਾ ਹੈ, ਜ਼ਿੰਮੇਵਾਰੀ ਲੈਂਦਾ, ਕਹਿੰਦਾ ਮੈਂ ਕਿਹੜਾ ਅਕਾਲੀਆਂ ਨਾਲੋਂ ਘੱਟ ਹੈ, ਮੇਰੇ ਗਾਤਰੇ ਕਿਰਪਾਨ ਹੈ। ਉਹ ਬਟਰੂਪੀਏ ਰੂਪ ਵਿੱਚ ਹੋ ਕੇ ਕਹੀ ਤਾਂ ਜਾਂਦਾ ਚੀਜ਼ਾਂ ਤੇਰੇ ਰਾਜ ਵਿੱਚ ਨਹੀਂ ਹੋਈਆਂ। ਕੋਈ ਬਾਹ ਖੜੀ ਕਰਕੇ ਕਹੋ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਸਮੁੱਚੇ ਤੌਰ ਤੇ ਹਿੰਦੁਸਤਾਨ ਵਿੱਚ ਪੁਲਿਸ ਵੱਲੋਂ ਕਿਸੇ ਵੀ ਹਿੰਦੂ ਦੇ ਘਰ ਨੂੰ ਤੇ ਫੈਕਟਰੀ ਨੂੰ ਅੱਗ ਲਾਈ ਹੋਵੇ ਪੁਲਿਸ ਨੇ? ਸਿੱਖਾਂ ਦੇ ਮੁੰਡਿਆਂ ਦੇ ਕਿੰਨੇ ਘਰ ਕਿੰਨਿਆਂ ਦੇ ਘਰ ਸਾੜੇ ਗਏ? ਹਿੰਦੁਸਤਾਨ ਵਿੱਚ ਕਿਸੇ ਹਿੰਦੂ ਦੀ ਲੜਕੀ ਤੇ ਮੁਕੱਦਮਾ ਚੱਲਦਾ ਤੇ ਕੋਈ ਮਨੁੱਖ ਉੱਠ ਕੇ ਦੱਸੋ? ਇਹ ਸਿੱਖਾਂ ਦੀਆਂ ਲੜਕੀਆਂ ਤੇ ਮੁਕੱਦਮੇ ਕਿਉਂ? ਖਾਲਸਾ ਜੀ ਤੁਹਾਨੂੰ ਵੀ ਬੇਨਤੀ ਕਰਦਾ ਹਾਂ, ਆਪਣੇ ਮਨ ਵਿੱਚ ਵੀ ਇੱਕ ਕਾਇਰਤਾ ਹੈ। ਆਪਾਂ 30-30 ਹਜ਼ਾਰ ਛਡਾਉਂਦੇ ਰਹੇ, 30-30 ਹਜ਼ਾਰ, ਪਰ ਜੇ ਅਫਸੋਸ ਤੇ ਦੁੱਖ ਹੈ ਤੇ ਤੁਹਾਡੇ ਤੇ ਗਿਲਾ ਵੀ ਹੈ ਜਿਹੜੇ ਬਾਹਰ ਬੈਠੇ ਹੈ। ਬੀਬੀ ਨਛੱਤਰ ਕੌਰ ਤੇ ਕੇਸ ਚੱਲ ਰਿਹਾ, ਲੁਧਿਆਣੇ ਰਹਿ ਰਹੀ ਹੈ, ਸਮਰਾਲੇ ਤਰੀਕਾਂ ਪੈਂਦੀਆਂ, ਲੀਡਰ ਸਾਹਿਬਾਨ ਸਾਰੇ ਬੈਠੇ ਆ ਤੇ ਆਪਾਂ ਵੀ ਸੰਗਤ ਰੂਪ ਵਿੱਚ ਇਕੱਤਰ ਹੋਏ ਹਾਂ, ਸਾਰੇ ਉੱਠ ਕੇ ਉਹਦੇ ਸੜਕ ਤੇ ਜਾ ਖੜੇ ਹੋਈਏ ਤੇ ਬੀਬੀ ਦੇ ਲੱਗੇ ਹੋਵੇ ਹੱਥ ਕੜੀ, ਇੱਕ ਹਿੰਦੂ ਟੋਪੀ ਵਾਲ ਉੱਠ ਕੇ ਕਹਿ ਦੇਵੇ ਉਹ ਸਿੱਖੋ ਲੀਡਰ ਸਾਹਿਬਾਨ ਨੂੰ, ਆ ਤੁਹਾਡੀ ਭੈਣ ਚੱਲੀ ਆ, ਦੱਸੋ ਆਪਣੇ ਕੋਲ ਉੱਤਰ ਕੀ ਹੈ।